ਪੰਜਾਬ ਦੇ ਫਰੀਦਕੋਟ ਤੋਂ ਸ਼ਰਾਬ ਦੇ ਉੱਗੇ ਕਾਰੋਬਾਰੀ ਤੇ ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੇ ਘਰ ਪਿਛਲੇ 3 ਦਿਨਾਂ ਤੋਂ ਇਨਕਮ ਟੈਕਸ ਵਿਭਾਗ ਦੀ ਚੱਲ ਰਹੀ ਰੇਡ ਕੱਲ ਦੇਰ ਸ਼ਾਮ ਸਮਾਪਤ ਹੋ ਗਈ। ਆਮਦਨ ਕਰ ਵਿਭਾਗ ਨੇ 18 ਮਈ ਸਵੇਰੇ ਸ਼੍ਰਮਣੀ ਕਾਲੇਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਘਰ ਦਫ਼ਤਰ ਤੇ ਫੈਕਟਰੀਆਂ ਦੇ ਵਿੱਚ ਛਾਪੇ ਮਾਰਨੇ ਸ਼ੁਰੂ ਕੀਤੇ ਸੀ। ਕੁੱਲ 6 ਟਿਕਾਣਿਆਂ ਤੇ ਛਾਪੇ ਮਾਰੇ ਗਏ। ਦਿਨ ਰਾਤ ਤਲਾਸ਼ੀ ਲਈ ਗਈ ਹੈ ਤੇ ਕੁਝ ਰਿਕਾਰਡ ਵੀ ਜ਼ਬਤ ਕੀਤਾ ਹੈ। ਆਈਟੀ ਟੀਮ ਨੇ ਦੀਪ ਮਨੋਹੋਤਰਾ ਦੀ ਜ਼ੀਰਾ ਸਥਿਤ ਮਾਲਬਰੋਸ ਸ਼ਰਾਬ ਫੈਕਟਰੀ ਦੇ ਵਿੱਚ 20 ਲੰਬੀ ਪੜਤਾਲ ਕੀਤੀ ਅਤੇ ਕੁਝ ਅਹਿਮ ਰਿਕਾਰਡ ਕਬਜ਼ੇ ਦੇ ਵਿੱਚ ਲਿਆ ਹੈ। ਛਾਪੇ ਦੌਰਾਨ ਵਿਭਾਗ ਨੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਥਾਂ ਤੇ ਅੰਦਰ ਨਹੀਂ ਜਾਣ ਦਿੱਤਾ। ਇਸੇ ਤਰ੍ਹਾਂ ਫਰੀਦਕੋਟ ਦੇ ਆਦਰਸ਼ ਨਗਰ ਦੇ ਵਿੱਚ ਵੀ ਛਾਪੇ ਮਾਰੇ ਗਏ ਜਿੱਥੇ ਦੀਪ ਮਨੋਹੋਤਰਾ ਦੀ ਸ਼ਾਨਦਾਰ ਰਿਹائش ਹੈ। ਸ਼ਹਿਰ ਦੇ ਮੁਹੱਲਾ ਖੋਕਰਾਂ ਦੇ ਵਿੱਚ ਜਿੱਥੇ ਸ਼ਰਾਬ ਵੰਡਣ ਦੇ ਲਈ ਦਫ਼ਤਰ ਬਣਾਇਆ ਗਿਆ ਉੱਥੇ ਵੀ ਆਈਟੀ ਵਿਭਾਗ ਦੇ ਅਧਿਕਾਰੀਆਂ ਨੇ ਛਾਪੇ ਮਾਰੇ। ਅਤੇ ਦੀਪਮਲ ਮਲਹੋਤਰਾ ਦੀਆਂ ਜਾਇਦਾਦਾਂ ਦੇ ਨਾਲ-ਨਾਲ ਉਸਦੇ ਦੋ ਹੋਰ ਹਿੱਸੇਦਾਰਾਂ ਦੇ ਘਰਾਂ ਤੇ ਵੀ ਟੀਮ ਨੇ ਛਾਪੇਮਾਰੀ ਕੀਤੀ ਕਿਹਾ ਜਾ ਸਕਦਾ ਹੈ ਕਿ ਦੀਪਮਲ ਮਲਹੋਤਰਾ ਦੇ ਕੀਤੇ ਗਲਤ ਕੰਮਾਂ ਦਾ ਹਿਸਾਬ-ਕਿਤਾਬ ਲੱਗਦਾ ਹੈ ਸ਼ੁਰੂ ਹੋ ਗਿਆ ਇੱਕ ਪਾਸੇ ਤਾਂ ਆਈਟੀ ਟੀਮ ਲਗਾਤਾਰ ਤਿੰਨ ਦਿਨਾਂ ਤੋਂ ਛਾਪੇਮਾਰੀ ਰਹੀ ਸੀ ਤੇ ਦੂਸਰੇ ਪਾਸੇ ਮਾਲ ਬਰੋਸ ਸ਼ਰਾਬ ਫੈਕਟਰੀ ਨੂੰ ਲੈ ਕੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਉਸ ਤੋਂ ਬਾਅਦ ਲੱਗਦਾ ਨਹੀਂ ਕਿ ਕਦੇ ਇਹ ਸ਼ਰਾਬ ਫੈਕਟਰੀ ਚੱਲ ਸਕੂਗੀ ਦਰਅਸਲ ਮਾਲਬਰੋਸ ਸ਼ਰਾਬ ਫੈਕਟਰੀ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਇੱਥੋਂ ਦੇ ਪਾਣੀ 'ਚੋਂ ਸਾਈਨਾਈਡ ਮਿਲੇ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਬੋਰਡ ਨੇ 19 ਮਈ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਯਾਨਕੀ ਐਨਜੀਟੀ ਦੇ ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ। ਰਿਪੋਰਟ ਦੇ ਵਿੱਚ ਇਹ ਸਿੱਧ ਹੋਇਆ ਕਿ ਜ਼ੀਰਾ ਇਲਾਕੇ ਦੇ ਤਿੰਨ ਪਿੰਡਾਂ ਮਨਸੂਰਵਾਲ, ਮਈਆਂਵਾਲਾ ਕਲਾਂ ਤੇ ਰਟਾਲ ਰੋਹੀ ਦੇ ਵਿੱਚ ਜ਼ਮੀਨੀ ਪਾਣੀ ਜ਼ਹਿਰੀਲੇ ਤੱਤਾਂ ਅਤੇ ਧਾਤੂਆਂ ਤੋਂ ਪ੍ਰਭਾਵਿਤ ਹੈ। ਪਾਣੀ ਦੇ ਵਿੱਚ ਸੇਲੇਨੀਅਮ, ਮੈਗਨੀਜ਼ ਅਤੇ ਆਇਰਨ ਦਾ ਗਾੜਾਪਣ ਵਰਗੇ ਤੱਤ ਨੇ ਜਿਹੜੇ ਉਹ ਸਹਿਣਯੋਗ ਮਾਤਰਾ ਤੋਂ ਕਿਤੇ ਵੱਧ ਪਾਏ ਗਏ ਨੇ। ਰਿਪੋਰਟ ਮੁਤਾਬਕ ਕੇਂਦਰੀ ਪ੍ਰਦੂਸ਼ਣ ਬੋਰਡ ਦੀ ਟੀਮ ਦੇ ਵੱਲੋਂ ਨਿਗਰਾਨੀ ਅਧੀਨ 29 ਬੋਰਵੈਲਾਂ ਦੇ ਵਿੱਚੋਂ 12 ਬੋਰਵੈਲਾਂ ਦੇ ਵਿੱਚ ਬਦਬੂ ਵਾਲਾ ਪਾਣੀ ਆਉਂਦਾ, ਜਦਕਿ 5 ਬੋਰਵੈਲ ਬਦਬੂ ਦੇ ਨਾਲ ਨਾਲ ਹਲਕੇ ਗਹਿਰੇ ਜਾਂ ਫਿਰ ਕਾਲੇ ਰੰਗ ਦਾ ਪਾਣੀ ਛੱਡਦੇ ਨੇ। ਇਹਨਾਂ 29 ਦੇ ਵਿੱਚੋਂ ਕਿਸੇ ਵੀ ਬੋਰਵੈਲ ਦਾ ਪਾਣੀ ਪੀਣ ਯੋਗ ਹੋਣ ਦੇ ਲਈ ਲੋੜਿੰਦੇ ਮਾਪਦੰਡਾਂ ਤੇ ਖਰਾ ਨਹੀਂ ਉਤਰਦਾ ਯਾਨੀ ਕਿ ਪੀਣ ਯੋਗ ਹੀ ਨਹੀਂ ਤੇ ਸਿਫਾਰਿਸ਼ ਕੀਤੀ ਗਈ ਹੈ ਕਿ ਇਸ ਪਾਣੀ ਦੀ ਪੀਣ ਲਈ ਜਾਂ ਫਿਰ ਸਿੰਚਾਈ ਦੇ ਲਈ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ 45 ਦਿਨਾਂ ਦੇ ਅੰਦਰ ਅੰਦਰ ਇਸ ਰਿਪੋਰਟ ਦੇ ਮੁਤਾਬਿਕ ਫੈਕਟਰੀ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਹੈ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਗਠਿਤ ਮਾਹਿਰਾਂ ਦੀ ਕਮੇਟੀ ਨੇ ਵੀ ਪਾਣੀ ਤੇ ਮਿੱਟੀ ਦੇ ਨਮੂਨਿਆਂ ਦੇ ਵਿੱਚ ਜ਼ਹਿਰੀਲੀਆਂ ਤੱਤਾਂ ਹੋਣ ਦੀ ਪੁਸ਼ਟੀ ਕੀਤੀ ਸੀ। ਤਾਜ਼ਾ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਲੋਕਾਂ ਦਾ ਇਲਜ਼ਾਮ ਸੀ ਕਿ ਡਿਸਟਿਲਰੀ ਨੇ ਆਪਣੀ ਫੈਕਟਰੀ ਦੇ ਵਿੱਚ 25 ਡੂੰਘੇ ਟਿਊਬਵੈਲ ਕੀਤੇ ਨੇ, ਉਹਨਾਂ ਦੇ ਵਿੱਚ ਜ਼ਹਿਰੀਲਾ ਪਾਣੀ ਡੰਪ ਕੀਤਾ ਜਾਂਦਾ ਹੈ। ਜਿਸ ਦੇ ਨਾਲ 15 ਕਿਲੋਮੀਟਰ ਦੇ ਘੇਰੇ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲ ਰਿਹਾ ਹੈ। ਦਰਜਨਾਂ ਤੋਂ ਵੱਧ ਪਿੰਡਾਂ ਵਿੱਚ ਪਾਣੀ ਅਤੇ ਸਿੰਚਾਈ ਦਾ ਪਾਣੀ, ਪੀਣ ਵਾਲਾ ਪਾਣੀ ਤੇ ਸਿੰਚਾਈ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ। ਜਾਂਚ ਦੇ ਵਿੱਚ ਪਿੰਡ ਰਟਾਲ ਰੋਹੀ ਵਿੱਚ ਸਥਿਤ ਬੋਰਵੈਲ ਦੇ ਵਿੱਚ ਸਾਈਨਾਈਟ ਦੇ ਗਾੜੇਪਣ ਦੀ ਮੌਜੂਦਗੀ 0.2 ਮਿਲੀਗ੍ਰਾਮ ਤੱਕ ਮਿਲੀ ਹੈ ਜੋ ਕਿ ਨਿਰਧਾਰਿਤ ਹੱਦ ਤੋਂ 4 ਗੁਣਾ ਵੱਧ ਹੈ ਤੇ ਵੱਡੀ ਚਿੰਤਾ ਦਾ ਵਿਸ਼ਾ ਹੈ। ਜਾਂਚ ਦੌਰਾਨ ਕੇਂਦਰੀ ਪ੍ਰਦੂਸ਼ਣ ਬੋਰਡ ਦੀ ਟੀਮ ਨੇ ਉਦਯੋਗ ਦੇ ਵਿੱਚ ਲਾਏ ਗੇ 10 ਬੋਰਵੈਲਾਂ ਅਤੇ 6 ਪੀਜ਼ੋਮੀਟਰਾਂ ਦੀ ਮੌਕੇ ਤੇ ਜਾਂਚ ਕੀਤੀ। ਇਹ ਰਿਪੋਰਟ ਚੰਡੀਗੜ੍ਹ ਸਥਿਤ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਧੀਕ ਨਿਰਦੇਸ਼ਕ ਵਿਗਿਆਨੀ ਡਾਕਟਰ ਨਰਿੰਦਰ ਸ਼ਰਮਾ ਦੇ ਵੱਲੋਂ ਤਿਆਰ ਕੀਤੀ ਗਈ ਸੀ। ਕੇਂਦਰੀ ਜਾਂਚ ਟੀਮ ਨੇ ਇਹ ਪਾਇਆ ਕਿ ਫੈਕਟਰੀ ਦੇ ਅੰਦਰ ਦੋ ਬੋਰਵੈਲ ਇੱਕ ਦੂਜੇ ਤੋਂ ਕੁਝ ਮੀਟਰ ਦੀ ਦੂਰੀ ਤੇ ਲਾਏ ਗਏ ਸਨ ਤੇ ਸੀਲ ਕਰਕੇ ਮਿੱਟੀ 'ਚ ਦੱਬੇ ਹੋਏ ਸਨ ਜਦਕਿ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਦੋ ਬੋਰਵੈਲਾਂ ਦੇ ਵਿਚਾਲੇ 200 ਮੀਟਰ ਦੀ ਦੂਰੀ ਹੋਣੀ ਲਾਜ਼ਮੀ ਹੈ ਜ਼ਿਆਦਾਤਰ ਜ਼ਮੀਨੀ ਪਾਣੀ ਦੇ ਢਾਂਚਿਆਂ ਨੂੰ ਉਦਯੋਗ ਦੁਆਰਾ CGWB, PWD ਤੋਂ ਮਨਜ਼ੂਰੀ ਲਏ ਬਿਨਾ ਹੀ ਸਥਾਪਿਤ ਕੀਤਾ ਗਿਆ ਹੈ ਯਾਨੀ ਕਿ ਇੱਥੇ ਵੀ ਵੱਡੀ ਕੁਤਾਹੀ ਹੋਈ ਹੈ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਉਦਯੋਗ ਦੇ ਵਿੱਚ ਸਥਿਤ ਪੀਜ਼ੋਮੀਟਰਾਂ ਅਤੇ ਤਿੰਨ ਬੋਰਵੈਲਾਂ ਤੋਂ ਲਏ ਗਏ ਨਮੂਨੇ ਭਾਰੀ ਤਾਤੂ ਤੋਂ ਮੁਕਤ ਪਾਏ ਗਏ ਯਾਨੀ ਕਿ ਤਿੰਨ ਬੋਰਵੈਲ ਤਾਂ ਸਹੀ ਪਾਏ ਗਏ ਨੇ ਜਦਕਿ ਦੋ ਬੋਰਵੈਲ ਭਾਰੀ ਜ਼ਹਿਰੀਲੀਆਂ ਤਾਤੂਆਂ ਦੇ ਨਾਲ ਦੂਸ਼ਿਤ ਨੇ ਇਹਨਾਂ ਦੇ ਵਿੱਚ ਜ਼ਹਿਰੀਲੀਆਂ ਤਾਤਾਂ ਜਿਵੇਂ ਕਿ ਆਰਸੈਨਿਕ, ਕ੍ਰੋਮੀਅਮ, ਕਾਪਰ, ਆਇਰਨ, ਮੈਗਨੀਜ਼, ਨਿਕਲ, ਲੀਡ ਤੇ ਸੇਲੇਨੀਅਮ ਬਹੁਤ ਜ਼ਿਆਦਾ ਗਾੜੇਪਣ ਦੇ ਵਿੱਚ ਮੌਜੂਦ ਨੇ ਸੋ ਇਹ ਪੂਰੀ ਰਿਪੋਰਟ ਪੂਰੇ ਤਰ੍ਹਾਂ ਦੇ ਨਾਲ ਸਿੱਧ ਕਰਦੀ ਹੈ ਕਿ ਮਾਲਬਰੋਸ ਸ਼ਰਾਬ ਫੈਕਟਰੀ ਜਿਹੜੇ ਇਲਜ਼ਾਮ ਲੋਕਾਂ ਦੇ ਵੱਲੋਂ ਲਾਏ ਜਾ ਰਹੇ ਨੇ ਜਿਵੇਂ ਇੱਥੇ ਪਸ਼ੂਆਂ ਦੀ ਅਤੇ ਬੰਦਿਆਂ ਦੀਆਂ ਮੌਤਾਂ ਹੋਈਆਂ ਨੇ ਉਹ ਫੈਕਟਰੀ ਦੇ ਵੱਲੋਂ ਫੈਲਾਏ ਗੇ ਪ੍ਰਦੂਸ਼ਣ ਦੇ ਕਾਰਨ ਹੀ ਹੋਈਆਂ ਨੇ ਦਰਅਸਲ ਮਾਲਬਰਸ ਫੈਕਟਰੀ ਨੂੰ ਪ੍ਰਦੂਸ਼ਣ ਦੇ ਇਲਜ਼ਾਮਾਂ ਕਾਰਨ ਪੰਜਾਬ ਸਰਕਾਰ ਦੀ ਹੁਕਮਾਂ ਤੇ ਪਿਛਲੇ ਸਮੇਂ ਚ ਬੰਦ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਫੈਕਟਰੀ ਪ੍ਰਬੰਧਕਾਂ ਦੀ ਅਪੀਲ ਤੇ ਅਦਾਲਤ ਨੇ ਪੰਜਾਬ ਸਰਕਾਰ ਨੂੰ ਫੈਕਟਰੀ ਦਾ ਮੁੱਢ ਤੋਂ ਪੱਖ ਸੁਣਨ ਦੇ ਹੁਕਮ ਦਿੱਤੇ ਸਨ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਫੈਕਟਰੀ ਨੇ ਪ੍ਰਦੂਸ਼ਣ ਕਾਰਨ ਸੰਬੰਧੀ ਸਾਰੇ ਇਲਜ਼ਾਮਾਂ ਨੂੰ ਰੱਦ ਕੀਤਾ ਸੀ ਫੈਕਟਰੀ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਫੈਕਟਰੀ ਇਹ ਸਾਰਾ ਕੁਝ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਭਾਗਾਂ ਦੀਆਂ ਮਨਜ਼ੂਰੀਆਂ ਲੈਣ ਤੋਂ ਬਾਅਦ ਕੀਤਾ ਹੈ ਤੇ ਸ਼ਰਾਬ ਫੈਕਟਰੀ ਦੇ ਖਿਲਾਫ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲ ਕੇਸ ਚੱਲ ਰਿਹਾ ਹੈ ਇਸ ਸ਼ਰਾਬ ਫੈਕਟਰੀ ਦੇ ਖਿਲਾਫ ਇਲਾਕੇ ਦੇ 40 ਪਿੰਡਾਂ ਦੇ ਲੋਕਾਂ ਤੇ ਕਿਸਾਨ ਜਥੇਬੰਦੀਆਂ ਨੇ ਪਿਛਲੇ 1 ਸਾਲ ਤੋਂ ਵਿਰੋਧ ਪ੍ਰਦਰਸ਼ਨ ਵਿੱਢ ਰੱਖਿਆ ਤਿੱਖੇ ਲੋਕ ਰੋਹ ਤੋਂ ਬਾਅਦ ਹਾਲਾਂਕਿ 17 ਜਨਵਰੀ 2023 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਲੋਕ ਹਾਲੇ ਵੀ ਧਰਨੇ ਤੇ ਬੈਠੇ ਹੋਏ ਨੇ ਇਸ ਮੰਗ ਨੂੰ ਲੈ ਕੇ ਕਿ ਜਦੋਂ ਤੱਕ ਪੰਜਾਬ ਸਰਕਾਰ ਲਿਖਤੀ ਤੌਰ ਤੇ ਫੈਕਟਰੀ ਨੂੰ ਬੰਦ ਕਰਨ ਦਾ ਆਰਡਰ ਨਹੀਂ ਕਰਦੀ ਉਦੋਂ ਤੱਕ ਇਥੋਂ ਨਹੀਂ ਉਠਾਂਗੇ ਜ਼ੀਰਾਸ਼ਾ ਫੈਕਟਰੀ ਦੇ ਮਾਮਲੇ ਨਾਲ ਸੰਬੰਧਿਤ ਵੱਖ-ਵੱਖ ਪਟੀਸ਼ਨਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਵਿਚਾਰ ਅਧੀਨ ਨੇ ਤੇ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜੀਆਂ ਧਾਤਾਂ ਪਾਈਆਂ ਗਈਆਂ ਨੇ ਪਾਣੀ ਦੇ ਵਿੱਚ ਇਸ ਫੈਕਟਰੀ ਦੇ ਵਿੱਚੋਂ ਕੱਢੇ ਜਾਂਦੇ ਵੇਸਟ ਦੇ ਵਿੱਚ ਉਹਨਾਂ ਦੇ ਨਾਲ ਮਨੁੱਖੀ ਸਿਹਤ ਨੂੰ ਕੀ ਫਰਕ ਪੈਂਦਾ ਬਠਿੰਡਾ ਦੇ ਕੈਂਸਰ ਦੇ ਮਾਹਿਰ ਡਾਕਟਰ ਮਨਜੀਤ ਸਿੰਘ ਜੋੜਾ ਦੇ ਮੁਤਾਬਿਕ ਜੇ ਸਾਈਨਾਈਡ ਦੀ ਜ਼ਿਆਦਾ ਮਾਤਰਾ ਮਨੁੱਖ ਦੇ ਸਰੀਰ ਵਿੱਚ ਜਾਂਦੀ ਹੈ ਤਾਂ ਸਾਈਨਾਈਡ ਆਇਰਨ ਨੂੰ ਸਾਹ ਦੇ ਵਿੱਚ ਦਖਲ ਦਿੰਦੇ ਨੇ ਨਤੀਜਾ ਇਹ ਹੁੰਦਾ ਹੈ ਕਿ ਸਰੀਰ ਦੇ ਟਿਸ਼ੂ ਆਕਸੀਜਨ ਦੀ ਵਰਤੋਂ ਕਰਨ ਦੇ ਵਿੱਚ ਅ ਸਮਰਥ ਹੋ ਜਾਂਦੇ ਨੇ ਯਾਨੀ ਕਿ ਸਾਹ ਲੈਣ ਦੇ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਇਹਦੇ ਨਾਲ ਦਿਲ ਦਾ ਦੌਰਾ ਪੈਣ ਦਾ ਖਤਰਾ ਵੱਧ ਹੈ ਦਿਮਾਗ ਤੇ ਵੀ ਬਹੁਤ ਘਾਤਕ ਅਸਰ ਹੁੰਦਾ ਹੈ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਮਿੱਟੀ ਵਿੱਚ ਮਿੱਟੀ ਦੇ ਨਮੂਨੇ ਦੇ ਵਿੱਚ ਜ਼ਿੰਕ ਧਾਤ ਦੀ ਮਾਤਰਾ ਵੀ ਮਾਪਦੰਡ ਤੋਂ ਵੱਧ ਪਾਈ ਗਈ ਹੈ ਤੇ ਮਾਹਿਰਾਂ ਦੇ ਮੁਤਾਬਿਕ ਇਹ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਖਤਮ ਕਰਦੀ ਹੈ ਸੋ ਇਸ ਰਿਪੋਰਟ ਦੇ ਵਿੱਚ ਸਾਰਾ ਕੁਝ ਸਾਹਮਣੇ ਆ ਚੁੱਕਿਆ ਹੈ ਜਿਸ ਦੇ ਵਿੱਚ ਫੈਕਟਰੀ ਤੇ ਫੈਕਟਰੀ ਦੇ ਪ੍ਰਬੰਧਕ ਪੂਰੇ-ਪੂਰੇ ਦੋਸ਼ੀ ਸਾਬਤ ਹੁੰਦੇ ਨੇ ਰਿਪੋਰਟ ਪੇਸ਼ ਕਰਨ ਦੇ ਨਾਲ-ਨਾਲ ਸਿਫਾਰਿਸ਼ ਕੀਤੀ ਗਈ ਹੈ ਕਿ ਸਥਾਨਿਕ ਪ੍ਰਸ਼ਾਸਨ ਨੂੰ ਦੂਸ਼ਿਤ ਬੋਰਵੈਲਾ ਜਿਨ੍ਹਾਂ ਤੇ ਲਾਲ ਨਿਸ਼ਾਨ ਲੱਗੇ ਨੇ ਉਹਨਾਂ ਤੇ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਦੂਸ਼ਿਤ ਧਰਤੀ ਹੇਠਲੇ ਪਾਣੀ ਨੂੰ ਪੀਣ ਵਜੋਂ ਵਰਤਣ ਤੋਂ ਰੋਕਿਆ ਜਾ ਸਕੇ ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਜ਼ੀਰਾ ਸਾਂਝਾ ਮੋਰਚਾ ਦੇ ਆਗੂਆਂ ਨੇ ਵੀ ਰਿਪੋਰਟ ਮੁਤਾਬਕ ਫੈਕਟਰੀ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਹੁਣ ਦੇਖਣਾ ਹੋਏਗਾ ਕਿ ਸਰਕਾਰ ਤੇ ਪ੍ਰਸ਼ਾਸਨ ਇਸ ਰਿਪੋਰਟ ਦੇ ਮੁਤਾਬਕ ਕਾਰਵਾਈ ਕਦੋਂ ਕਰਦੇ ਨੇ